ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਕਪੂਰਾ ਅੱਜ 12 ਸਤੰਬਰ ਦਿਨ ਵੀਰਵਾਰ ਸਵੇਰ ਦੇ 7:20 ਤੇ ਮਿਊਨਿਸਪਲ ਪਾਰਕ ਕੋਟਕਪੂਰਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਦੱਸਿਆ ਜਾ ਚੁੱਕਾ ਇਸ ਮੰਚ ਤੋਂ ਹਰ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ ਅੱਜ ਕਿਹੜੀ ਖੁਸ਼ੀ ਆਈ ਹੈ ਸਾਡੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਸਰਗਰਮ ਮੈਂਬਰ ਅਤੇ ਉੱਚੀ ਸੁੱਚੀ ਸੋਚ ਦੇ ਮਾਲਕ ਸੁਖਵਿੰਦਰ ਸਿੰਘ ਬਾਗੀ ਦਾ ਅੱਜ ਵਿਆਹ ਦੀ 36ਵੀਂ ਵਰੇਗੰਢ ਹੈ ਇਸ ਵਿਆਹ ਦੀ ਵਰੇਗੰਢ ਦੀ ਖੁਸ਼ੀ 'ਚ ਮਾਨ ਦੀ ਹੱਟੀ ਵਾਲੇ ਰਾਜਵਿੰਦਰ ਸਿੰਘ ਰਾਜਾ ਮਾਨ ਮੂੰਹ ਮਿੱਠਾ ਕਰਾ ਰਹੇ ਨੇ ਲਓ ਜੀ ਸਾਰੇ ਤਾੜੀਆਂ ਮਾਰ ਕੇ ਨਾ ਖੁਸ਼ੀ ਸਾਂਝੀ ਕਰ ਲਓ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਸੁਖਵਿੰਦਰ ਸਿੰਘ ਬਾਗੀ ਦੇ ਸਮੁੱਚੇ ਪਰਿਵਾਰ ਦੇ ਚੰਗੇਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੁਣ ਆਪਾਂ ਚੱਲੀਏ ਜੀ ਸਾਹਿਤਕ ਮਹਿਫਲ ਵਾਲੇ ਪਾਸੇ ਸਾਹਿਤਕ ਮਹਿਫਲ ਦੀ ਸ਼ੁਰੂਆਤ ਹੋਊਗੀ ਸੁਪਰਡੈਂਟ ਜਸਕਰਨ ਸਿੰਘ ਪੱਟੀ ਤੋਂ ਕਿ ਪਹਿਲਾਂ ਕੌਸ਼ਲ ਪ੍ਰਕਾਸ਼ ਜੀ ਤੋਂ ਚਲੋ ਤੁਸੀਂ ਬੋਲ ਦਿਓ ਹਾਂਜੀ ਜਦੋਂ ਕੋਈ ਧਰਮ ਦੇ ਨਾਂ ਤੇ ਰਾਜ ਕਰਦਾ ਹੈ ਤਾਂ ਲੋਕਾਂ ਦਾ ਜੀਣਾ ਨਰਕ ਬਣ ਜਾਂਦਾ ਹੈ ਵਾਹ ਜੀ ਵਾਹ ਵਾਹ ਜੀ ਵਾਹ ਪੱਟੀ ਸਾਹਿਬ ਬਦ ਨਸੀਬੀ ਹੈ ਇਹ ਜ਼ਮਾਨੇ ਕੀ ਜੋ ਗੋਰੇ ਰੰਗ ਕੋ ਸੁੰਦਰ ਸਮਝਤਾ ਹੈ ਜੀ ਔਰ ਅੰਗਰੇਜ਼ੀ ਬੋਲਣ ਵਾਲੇ ਕੋ ਬੁੱਧੀਮਾਨ ਸਮਝਤਾ ਹੈ ਹਾਂਜੀ ਕਾਗਜ਼ ਆਪਣੀ ਕਿਸਮਤ ਸੇ ਉੜਤਾ ਹੈ ਲੇਕਿਨ ਪਤੰਗ ਆਪਣੀ ਕਾਬਲੀਅਤ ਸੇ ਬਿਲਕੁਲ ਸਹੀ ਕਿਸਮਤ ਤੁਹਾਡੀ ਸਾਥ ਦੇਵੇ ਨਾ ਦੇਵੇ ਕਾਬਲੀਅਤ ਜ਼ਰੂਰ ਸਾਥ ਦਿੰਦੀ ਹੈ ਬਿਲਕੁਲ ਸਹੀ ਬਿਲਕੁਲ ਸਹੀ ਕੋਈ ਮੇਰਾ ਬੁਰਾ ਕਰੇ ਇਹ ਉਹਦਾ ਕਰਮ ਹੈ ਮੈਂ ਕਿਸੇ ਦਾ ਬੁਰਾ ਨਾ ਕਰਾਂ ਇਹ ਮੇਰਾ ਧਰਮ ਹੈ ਆਏ ਹਾਏ ਹਾਏ ਜ਼ਿੰਦਗੀ ਹਮੇ ਹਮੇਸ਼ਾ ਇੱਕ ਨਵਾਂ ਪਾਠ ਪੜਾਤੀ ਹੈ ਲੇਕਿਨ ਹਮੇ ਸਮਝਾਨੇ ਕੇ ਲੀਏ ਨਹੀਂ ਬਲਕਿ ਹਮਾਰੀ ਸੋਚ ਬਦਲਨੇ ਕੇ ਲੀਏ ਬਿਲਕੁਲ ਸਹੀ ਬਿਲਕੁਲ ਸਿਆਣਪ ਤਾਂ ਹਾਲਾਤਾਂ ਨੂੰ ਆਪਣੇ ਅਨੁਕੂਲ ਬਣਾਉਣ 'ਚ ਹੈ ਬਿਲਕੁਲ ਸਹੀ ਬਿਲਕੁਲ ਸਹੀ ਗ੍ਰਸਤ ਮੇਂ ਜੋ ਰਹੇ ਉਦਾਸ ਕਹੁ ਨਾਨਕ ਹਮ ਉਸਕੇ ਦਾਸ ਵਾਹ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ ਆਏ ਹਾਏ 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 ਉਸ ਦਿਨ ਹਮਾਰੀ ਸਾਰੀ ਪਰੇਸ਼ਾਨੀਆਂ ਖਤਮ ਹੋ ਜਾਏਗੀ ਜਿਸ ਦਿਨ ਹਮੇ ਵਿਸ਼ਵਾਸ ਹੋ ਜਾਏਗਾ ਕਿ ਹਮਾਰਾ ਹਰ ਇੱਕ ਕਾਮ ਈਸ਼ਵਰ ਕੀ ਮਰਜ਼ੀ ਸੇ ਹੋਤਾ ਹੈ ਵਾਹ ਜੀ ਕਿਆ ਬਾਤ ਹੈ ਕਿਆ ਬਾਤ ਹੈ ਜਿਹੜੀ ਚੀਜ਼ ਜਿੱਥੇ ਵੀ ਗੁਆਚਦੀ ਹੈ ਉੱਤੇ ਹੀ ਲੱਭ ਜਾਂਦੀ ਹੈ ਪਰ ਹਾਸੇ ਯਕੀਨ ਅਤੇ ਖੁਸ਼ੀਆਂ ਜਿੱਥੇ ਗਵਾ ਜਾਣ ਉੱਥੋਂ ਫਿਰ ਨਹੀਂ ਲੱਭਦੇ ਬਿਲਕੁਲ ਸਹੀ ਬਿਲਕੁਲ ਸਹੀ ਗੁੱਡ ਮਾਰਨਿੰਗ ਵੱਡੀਆਂ ਕਾਰਾਂ ਮਨੁੱਖ ਦੀ ਲੋੜ ਨੂੰ ਨਹੀਂ ਉਸਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਹੁੰਦੀਆਂ ਹਨ ਬਿਲਕੁਲ ਸਹੀ ਬਿਲਕੁਲ ਸਹੀ ਮੈਂ ਅੱਜ ਤੁਹਾਡੇ ਇੱਕ ਮੈਡੀਕਲ ਪੁਆਇੰਟ ਆਫ ਵਿਊ ਨਾਲ ਗੱਲ ਦੱਸਣ ਜਾ ਰਿਹਾ ਜਿਹੜੀ ਕਿ ਸਾਰਿਆਂ ਨੂੰ ਅੱਛੀ ਲੱਗੇਗੀ ਜਦੋਂ ਵੀ ਤੁਸੀਂ ਨਹਾਉਣਾ ਪਾਣੀ ਸਿਰ 'ਤੇ ਨਹੀਂ ਪਾਉਣਾ ਸ਼ੁਰੂ ਨਹੀਂ ਕਰਨਾ ਉਹਦੇ ਨਾਲ ਸਾਡੀਆਂ ਜਿਹੜੀਆਂ ਧਮਨੀਆਂ ਸਕ੍ਰਿਏ ਹੋ ਜਾਂਦੀਆਂ ਔਰ ਕੋਈ ਨੁਕਸਾਨ ਹੋ ਸਕਦਾ ਹਮੇਸ਼ਾ ਨਹਾਉਣ ਲੱਗੇ ਪੈਰਾਂ ਤੋਂ ਪਾਣੀ ਪਾਓ ਉੱਪਰ ਤੱਕ ਤੁਰੇ ਆਓ ਵਾਹ ਜੀ ਕਿਆ ਬਾਤ ਆਪਕੋ ਡੁਬੋਨੇ ਕਾ ਪ੍ਰਯਾਸ ਆਪਕੋ ਡੁਬੋਨੇ ਕਾ ਪ੍ਰਯਾਸ ਕੁਛ ਐਸੇ ਹੀ ਲੋਕ ਕਰ ਰਹੇ ਹੋਣਗੇ ਜਿਹਨੇ ਤੈਰਨਾ ਖੁਦ ਆਪਨੇ ਸਿਖਾਇਆ ਹੋਗਾ ਕਿੱਡੀ ਕੌੜੀ ਗੱਲ ਕਰਤੀ ਜਿਹੜੇ ਚਾਦਰ ਨਾਲੋਂ ਵੱਧ ਪੈਰ ਫੈਲਾਉਂਦੇ ਹਨ ਉਹ ਹੱਥ ਫੈਲਾਉਣ ਲਈ ਮਜਬੂਰ ਹੋ ਜਾਂਦੇ ਬਿਲਕੁਲ ਸਹੀ ਬੋਲਣਾ ਤੁਹਾਨੂੰ ਕੁਦਰਤ ਸਿਖਾਉਂਦੀ ਹੈ ਅਤੇ ਚੁੱਪ ਰਹਿਣਾ ਅਕਲ ਨਾ ਆਉਂਦਾ ਬਿਲਕੁਲ ਸਹੀ ਬਿਲਕੁਲ ਹਮੇਸ਼ਾ ਸੱਚ ਕਹਿਣ ਵਾਲੇ ਨੂੰ ਦੇਸ਼ ਧਰੋਹੀ ਕਿਹਾ ਜਾਂਦਾ ਸੰਘਰਸ਼ ਪਿਤਾ ਤੋਂ ਸਿੱਖੋ ਅਤੇ ਸੰਸਕਾਰ ਮਾਂ ਤੋਂ ਬਾਕੀ ਚਲਾਕੀਆਂ ਦਾ ਦੁਨੀਆ ਸਿਖਾ ਦੇਊਗੀ ਬਿਲਕੁਲ ਸਹੀ ਬਿਲਕੁਲ ਚਲੋ ਮੁਸ਼ਕਲੋਂ ਕੋ ਹਰਾਤੇ ਹੈ ਥੋੜ੍ਹਾ ਮੁਸਕਰਾਤੇ ਹੈ ਬਿਲਕੁਲ ਸਹੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਲਓ ਜੀ ਜਿਹੜੇ ਜਿਹੜੇ ਵੀਰਾਂ ਨੇ ਅੱਜ ਦੀ ਇਹ ਸਾਹਿਤਕ ਮਹਿਫਲ 'ਚ ਹਿੱਸਾ ਲਿਆ ਉਹਨਾਂ ਦਾ ਵੀ ਧੰਨਵਾਦ ਵਿਸ਼ੇਸ਼ ਤੌਰ 'ਤੇ ਧੰਨਵਾਦ ਸੁਖਵਿੰਦਰ ਸਿੰਘ ਬਾਗੀ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਗੁਰਿੰਦਰ ਸਿੰਘ ਕੋਟਕਪੂਰਾ